ਇੱਕ ਆਰਟਿਸਟ ਦੇ ਤੌਰ ਤੇ ਹੈ, ਇੱਕ ਇਨਸਾਨ ਦੇ ਤੌਰ ਤੇ ਹੈ, ਇੱਕ ਬਾਪ ਦੇ ਤੌਰ ਤੇ ਹੈ ਜੀ, ਥੋੜਾ ਜਿਹਾ ਅਫਸੋਸ ਕਰ ਲੈਂਦੇ ਹੋ ਬਾਅਦ ਚ ਫਿਰ ਆਪਾਂ ਜੀ ਬਹੁਤ ਸ਼ੁਕਰੀਆ। ਇੱਕ ਆਰਟਿਸਟ ਦੇ ਤੌਰ ਤੇ ਹੈ, ਇੱਕ ਇਨਸਾਨ ਦੇ ਤੌਰ ਤੇ ਹੈ, ਇੱਕ ਬਾਪ ਦੇ ਤੌਰ ਤੇ ਹੈ ਜੀ, ਥੋੜਾ ਜਿਹਾ ਅਫਸੋਸ ਕਰ ਲੈਂਦੇ ਹੋ ਬਾਅਦ ਚ ਫਿਰ ਆਪਾਂ ਜੀ ਬਹੁਤ ਸ਼ੁਕਰੀਆ।